ਕੰਮਾਂ ਨੂੰ ਤਾਂ ਜੇ ਦੇਖੀਏ ਕੰਮ ਤਾਂ ਕੋਈ ਹੋਏ ਹੀ ਨਹੀਂ। ਤੁਸੀਂ ਆਪ ਆਏ ਹੋ ਮਾਨਸਾ ਦੇਖਿਓ, ਤੁਸੀਂ ਸਾਰਾ ਪੰਜਾਬ ਘੁੰਮੇ ਹੋ, ਮਤਲਬ ਰਾਦਰ ਸਾਰੇ ਇੰਡੀਆ 'ਚ ਜਾ ਰਹੇ ਹੋਵੋਗੇ ਔਰ ਖਾਸ ਕਰਕੇ ਪੰਜਾਬ 'ਚ ਡਿਵੈਲਪਮੈਂਟ ਨਾਲ ਤਾਂ ਚੀਜ਼ ਹੀ ਨਹੀਂ ਕੀਤੀ ਪਿਛਲੀਆਂ ਸਰਕਾਰਾਂ ਨੇ, ਪਿਛਲੀਆਂ ਪਾਰਟੀਆਂ ਨੇ। ਪਿਛਲੇ ਟਮਾਟਰ ਬੀਜਦਾ ਇੱਥੇ ਰਾਮਪੁਰਾ ਏਰੀਆ 'ਚ, ਹਰੀ ਸ਼ਿਮਲਾ ਮਿਰਚ, ਹਰੀ ਮਿਰਚ ਸਾਡੇ ਮਾਨਸਾ ਏਰੀਆ 'ਚ ਬੀਜਦੀ, ਲੇਕਿਨ ਉਹਦਾ ਕੋਈ ਮੰਡੀਕਰਨ ਨਹੀਂ। ਆਲੂ ਬੀਜਦਾ ਉਹਦਾ ਕੋਈ ਮੰਡੀਕਰਨ ਨਹੀਂ। ਜੇ ਮੰਡੀਕਰਨ ਨਹੀਂ ਹੋਊਗਾ, ਵਿਭਿੰਨਤਾ ਦੀ ਸਰਕਾਰ ਕਿੱਥੇ ਗੱਲਾਂ ਕਰਦੀ ਹੈ? ਖਰੀਦੇ ਨਹੀਂ, ਉਹ ਕਿਉਂ ਨਹੀਂ ਕੋਆਪਰੇਟਿਵ ਸਿਸਟਮ ਡਿਵੈਲਪ ਕੀਤਾ ਜਾਂਦਾ? ਮੇਰੇ ਹਿਸਾਬ ਨਾਲ ਕੋਆਪਰੇਟਿਵ ਸਿਸਟਮ ਸਭ ਤੋਂ ਵਧੀਆ। HSN ਦੀ ਟੀਮ ਪਹੁੰਚ ਚੁੱਕੀ ਹੈ ਜੀ ਮਾਨਸਾ। ਮਾਨਸਾ ਜਿਵੇਂ ਕਿ ਅਸੀਂ ਪਹਿਲੇ ਗੱਲ ਕੀਤੀ ਸੀ, ਮਾਨਸਾ ਇਸ ਵੇਲੇ ਹੌਟ ਸੀਟ ਬਣ ਚੁੱਕੀ ਹੈ, ਕਿਉਂਕਿ ਸਟਾਰ ਗਾਇਕ ਆ ਸਿੱਧੂ ਮੂਸੇਵਾਲਾ, ਬੜਾ ਨਾਮਵਰ ਗਾਇਕ ਆ, ਇੱਥੋਂ ਇਲੈਕਸ਼ਨ ਲੜ ਰਿਹਾ ਕਾਂਗਰਸ ਦੀ ਟਿਕਟ 'ਤੇ। ਔਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਉਤਾਰ ਦਿੱਤਾ ਹੈ, ਅਤੇ ਆਮ ਆਦਮੀ ਪਾਰਟੀ ਜਿਹੜੀ ਕਿ ਬੜੀ ਤੇਜ਼ੀ ਨਾਲ ਆਪਣਾ ਪ੍ਰਭਾਵ ਬਣਾਉਂਦੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ, ਉਸਨੇ ਮਾਨਸਾ ਤੋਂ ਜਿਹੜੇ ਉਮੀਦਵਾਰ ਉਤਾਰੇ ਨੇ ਉਹ ਇੱਕ ਪੜ੍ਹੇ ਲਿਖੇ ਜਾਗਰੂਕ ਡਾਕਟਰ ਨੇ। ਡਾਕਟਰ ਨੂੰ ਮੈਦਾਨ 'ਚ ਉਤਾਰ ਕੇ ਇੱਕ ਪਾਰਟੀ ਨੇ ਇੱਕ ਨਵੀਂ ਕਲਾਸ ਜਿਹਾ ਇੱਥੇ ਦੇਣ ਦੀ ਕੋਸ਼ਿਸ਼ ਕੀਤੀ ਹੈ, ਨਵੀਆਂ ਉਮੀਦਾਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕ ਮਨਾਂ 'ਚ। ਸਾਡੇ ਨਾਲ ਨੇ ਉਮੀਦਵਾਰ ਡਾਕਟਰ ਵਿਜੈ ਸਿੰਗਲਾ ਜੀ, ਇਹਨਾਂ ਨਾਲ ਗੱਲਬਾਤ ਕਰਕੇ ਅਸੀਂ ਜਾਣਦੇ ਹਾਂ ਕਿ ਇਹ ਕੀ ਨੀਤੀਆਂ ਨੇ, ਕੀ ਪ੍ਰਭਾਵ ਨੇ, ਕੀ ਲੈ ਕੇ ਜਾ ਰਹੇ ਨੇ। ਸਿੰਗਲਾ ਸਾਹਿਬ, ਤੁਹਾਡਾ ਪਹਿਲਾਂ ਸਾਥ ਦਿਓ। ਸਿੰਗਲਾ ਸਾਹਿਬ, ਜਿਵੇਂ ਆਪਾਂ ਗੱਲ ਕੀਤੀ ਆ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਡਾਕਟਰ ਹੋਣ ਤੋਂ ਇਲਾਵਾ ਐਸੀ ਕਿਹੜੀ ਖਾਸ ਕੁਆਲਿਟੀ ਤੁਹਾਡੇ ਅੰਦਰ ਪਾਰਟੀ ਨੇ ਦੇਖੀ ਜਿਸ ਕਰਕੇ ਹੋਰ ਹਜ਼ਾਰਾਂ ਲੋਕਾਂ ਨੂੰ ਛੱਡ ਕੇ ਡਾਕਟਰ ਵਿਜੈ ਸਿੰਗਲਾ ਨੂੰ ਉਹਨਾਂ ਨੇ ਟਿਕਟ ਦੇ ਕੇ ਨਿਭਾਈ? ਮੈਂ ਜੀ, ਮੇਰਾ ਜਿਹੜਾ ਜੱਦੀ ਪਿੰਡ ਹੈ ਜਿੱਥੋਂ 14 ਕਿਲੋਮੀਟਰ ਦੂਰ ਹੈ, ਉੱਥੇ ਹੀ ਮੇਰਾ ਜਨਮ ਹੋਇਆ, ਉੱਥੇ ਹੀ ਮੈਂ ਪੜ੍ਹਿਆ ਸਕੂਲ 'ਚੋਂ। ਸਾਡਾ ਪਿੰਡ ਭੋਪਾਲ ਹੈ, ਰੱਲੇ ਤੋਂ ਪੜ੍ਹਿਆ, ਵੱਡੇ ਹੋਏ ਅਸੀਂ ਪੜ੍ਹਾਈ ਕੀਤੀ, ਪੜ੍ਹਾਈ ਤੋਂ ਬਾਅਦ ਮਾਨਸਾ ਪ੍ਰੈਕਟਿਸ ਸ਼ੁਰੂ ਕੀਤੀ। ਸਮਾਜ ਸੇਵਾ ਦਾ ਜਜ਼ਬਾ ਪਹਿਲੇ ਦਿਨ ਤੋਂ ਹੀ, ਕੁਛ ਸਾਡੇ ਫਾਦਰ ਸਾਹਿਬ ਬੜੇ ਲੰਬੇ ਸਮੇਂ ਤੋਂ ਸੰਸਥਾਵਾਂ ਨਾਲ ਜੁੜੇ ਰਹੇ, ਉਹਦੇ ਕਰਕੇ ਮਤਲਬ ਪਹਿਲਾਂ ਪੰਚਾਇਤ 'ਚ ਵੀ ਉਹਨਾਂ ਨੇ 15 ਸਾਲ ਪੰਚਾਇਤ ਮੈਂਬਰ ਹੋ ਕੇ ਆਪਣੀ ਸੇਵਾ ਨਿਭਾਈ, ਔਰ ਉਹ ਜਜ਼ਬਾ ਸੀ ਇੱਕ ਸਮਾਜ ਲਈ ਜੁੜਨ ਦਾ। ਕਾਲਜ ਟਾਈਮ ਵੀ ਸਟੂਡੈਂਟਸ ਯੂਨੀਅਨ 'ਚ ਕੰਮ ਕਰਦੇ ਰਹੇ, ਔਰ ਇੱਥੇ ਆ ਕੇ ਇਨਵਾਇਰਮੈਂਟ ਸੁਸਾਇਟੀ, ਰੋਟਰੀ ਕਲੱਬ, IMA, ਇੰਡੀਅਨ ਡੈਂਟਲ ਐਸੋਸੀਏਸ਼ਨ, ਉਹ ਸਾਰੀਆਂ ਸਮਾਜਿਕ ਸੰਸਥਾਵਾਂ 'ਚ ਕੰਮ ਕਰਦੇ, ਲੋਕਾਂ 'ਚ ਵਿਚਰਦੇ, ਔਰ ਪਹਿਲੇ ਦਿਨ ਤੋਂ ਲੋਕਾਂ 'ਚ ਵਿਚਰਨ ਦਾ ਇੱਕ ਮਨ 'ਚ ਲਗਨ ਸੀ ਕਿ ਇਹ ਸਮਾਜ ਲਈ ਕੁਛ ਕੀਤਾ ਜਾ ਸਕੇ। ਜੀ, ਲੋਕ ਸੇਵਾ ਦੀ ਲਗਨ ਵੱਖ ਵੱਖ ਸੰਸਥਾਵਾਂ ਨਾਲ ਜੁੜ ਕੇ ਇਸ ਗੱਲ ਦਾ ਕਾਰਨ ਬਣੀ ਹੈ ਕਿ ਆਮ ਆਦਮੀ ਪਾਰਟੀ ਨੇ ਤੁਹਾਡੇ ਉੱਤੇ ਭਰੋਸਾ ਪ੍ਰਗਟ ਕੀਤਾ। ਕੀ ਲੱਗਦਾ ਮਾਨਸੇ ਦੀ ਜਿਹੜੀ ਸਿਆਸਤ ਹੈ ਹੁਣ ਤੱਕ ਦੀ, ਜਿਹੜੀਆਂ ਪਾਰਟੀਆਂ ਅਤੇ MLA ਕਾਬਜ਼ ਨੇ, ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਜਾਂ ਉਹਨਾਂ ਦੀ ਜਿਹੜੀ ਨੀਤੀਆਂ ਉਹਨਾਂ ਨੂੰ ਕਿਵੇਂ ਦੇਖਦੇ? ਕੰਮਾਂ ਨੂੰ ਤਾਂ ਜੇ ਦੇਖੀਏ ਕੰਮ ਤਾਂ ਕੋਈ ਹੋਏ ਹੀ ਨਹੀਂ। ਤੁਸੀਂ ਆਪ ਆਏ ਹੋ ਮਾਨਸਾ ਦੇਖਿਓ, ਤੁਸੀਂ ਸਾਰਾ ਪੰਜਾਬ ਘੁੰਮੇ ਹੋ, ਮਤਲਬ ਰਾਦਰ ਸਾਰੇ ਇੰਡੀਆ 'ਚ ਜਾ ਰਹੇ ਹੋਵੋਗੇ ਔਰ ਖਾਸ ਕਰਕੇ ਪੰਜਾਬ 'ਚ ਡਿਵੈਲਪਮੈਂਟ ਨਾਲ ਤਾਂ ਚੀਜ਼ ਹੀ ਨਹੀਂ ਕੀਤੀ ਪਿਛਲੀਆਂ ਸਰਕਾਰਾਂ ਨੇ, ਪਿਛਲੀਆਂ ਪਾਰਟੀਆਂ ਨੇ, ਪਿਛਲੇ ਲੀਡਰਾਂ ਨੇ। ਮੈਨੂੰ ਨਹੀਂ ਲੱਗਦਾ ਕੋਈ ਡਿਵੈਲਪਮੈਂਟ ਨਾਂ ਦੀ ਚੀਜ਼ ਹੋਈ। ਅਗਰ ਡਿਵੈਲਪਮੈਂਟ ਕੋਈ ਹੋਈ ਹੁੰਦੀ ਤਾਂ ਉਸ ਦਾ ਨਤੀਜਾ ਸਾਹਮਣੇ ਆਉਂਦਾ, ਤਾਂ ਲੋਕ ਉਸ ਤਰ੍ਹਾਂ ਦੀ ਰਾਏ ਰੱਖਦੇ। ਔਰ ਤੁਸੀਂ ਜਾਓਗੇ, ਤੁਸੀਂ ਖੁਦ ਜਰਨਲਿਸਟ ਹੋ, ਤੁਸੀਂ ਲੋਕਾਂ ਤੋਂ ਪਤਾ ਕਰ ਲਓ ਕਿ ਕੀ ਡਿਵੈਲਪਮੈਂਟ ਹੋਈ। ਚਾਰੇ ਪਾਸੇ ਮਾੜਾ ਹਾਲ ਹੈ, ਸ਼ਹਿਰ ਦੇ ਐਂਟਰੀ ਪੁਆਇੰਟਸ ਦਾ ਮਾੜਾ ਹਾਲ ਹੈ, ਸ਼ਹਿਰ ਦੇ ਸਫਾਈ ਪੱਖੋਂ ਮਾੜਾ ਹਾਲ ਹੈ। ਅੰਡਰਬ੍ਰਿਜ ਇੱਕ ਬਣਿਆ, ਜਿੱਦਾਂ ਦਾ ਬਣਿਆ ਉੱਥੇ 1 ਕਿਲੋ ਸੀਮੈਂਟ ਵੀ ਨਹੀਂ ਲੱਗਿਆ, ਉਹਦਾ ਮਾੜਾ ਹਾਲ ਹੈ, ਨਿਕਲਿਆ ਨਹੀਂ ਜਾਂਦਾ। ਮਤਲਬ ਕੋਈ ਮੈਨੂੰ ਲੱਗਦਾ, ਤੁਹਾਨੂੰ ਲੱਗਦਾ ਸਮੱਸਿਆਵਾਂ ਦਾ ਅੰਬਾਰ ਲੱਗਾ ਹੋਇਆ, ਅਤੇ ਉਹਨਾਂ 'ਚੋਂ ਇੱਕ ਐਸੀ ਸਮੱਸਿਆ ਚੁਣਨੀ ਹੋਵੇ ਜਿਹਦਾ ਹੱਲ ਡਾਕਟਰ ਵਿਜੇ ਸਿੰਗਲਾ ਸਭ ਤੋਂ ਪਹਿਲੇ ਕਰਨਾ ਚਾਹੁੰਦੇ? ਕੋਈ ਇੱਕ ਸਮੱਸਿਆ ਤਾਂ ਨਹੀਂ, ਸਾਰੀਆਂ ਸਮੱਸਿਆਵਾਂ ਨੂੰ ਨਾਲ ਲੈ ਕੇ ਚੱਲਾਂਗੇ, ਕਿਉਂਕਿ ਇੱਕ ਸਮੱਸਿਆ ਦੇ ਹੱਲ ਹੋਣ ਨਾਲ ਮਾਨਸਾ ਦੀ ਦਸ਼ਾ ਨਹੀਂ ਸੁਧਰਨੀ। ਮਾਨਸਾ ਦੀ ਦਸ਼ਾ ਤਾਂ ਜੇ ਆਪਾਂ ਸਾਰੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਨਾਲ ਲੈ ਕੇ, ਉਹਨਾਂ ਨੂੰ ਪੈਰਲਲ ਲੈ ਕੇ ਉਹਨਾਂ ਨੂੰ ਹੱਲ ਕਰਾਂਗੇ, ਲੋਕਾਂ ਦੇ ਸਹਿਯੋਗ ਨਾਲ ਹੱਲ ਕਰਾਂਗੇ, ਸਰਕਾਰ ਇਮਾਨਦਾਰੀ ਨਾਲ ਕੰਮ ਕਰੂਗੀ, ਤਾਂ ਜ਼ਰੂਰ ਮਸਲੇ ਹੱਲ ਹੋਣਗੇ। ਔਰ ਸਾਡੀ ਨੀਅਤ ਅਤੇ ਨੀਤੀ ਸਾਫ਼ ਹੈ, ਇਸ ਲਈ ਮਸਲੇ ਹੱਲ ਕਰਾਂਗੇ। ਇਸ ਵਕਤ ਮਾਨਸਾ ਵਿੱਚ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਆਕਰਸ਼ਿਤ ਕਰ ਰਹੀ ਤੁਹਾਡੀ ਚੋਣ ਮੁਹਿੰਮ ਦੌਰਾਨ? ਕਿਹੜੀ ਚੀਜ਼ ਦਾ ਵਾਅਦਾ, ਕਿਹੜੀ ਚੀਜ਼ ਦੀ ਗੱਲਬਾਤ? ਸਾਡਾ ਕੋਈ ਉਸ ਤਰ੍ਹਾਂ ਦਾ ਵਾਅਦਾ ਜਾਂ ਗੱਲ ਕੋਈ ਲਾਰੇ ਲੱਪੇ ਜਿਸ ਤਰ੍ਹਾਂ ਪੁਰਾਣੀਆਂ ਸਰਕਾਰਾਂ ਪਾਰਟੀਆਂ ਲਾਉਂਦੀਆਂ ਰਹੀਆਂ, ਕਾਂਗਰਸ ਅਕਾਲੀਆਂ, ਉਸ ਤਰ੍ਹਾਂ ਦਾ ਤਾਂ ਅਸੀਂ ਨਾ ਵਾਅਦਾ ਕਰ ਰਹੇ ਹਾਂ ਨਾ ਲਾਰੇ ਲਾ ਰਹੇ ਹਾਂ। ਅਸੀਂ ਤਾਂ ਸਾਡੇ ਬੱਚਿਆਂ ਦੀ ਗੱਲ ਕਰਦੇ ਹਾਂ, ਅਸੀਂ ਸਾਡੇ ਬੱਚਿਆਂ ਦੇ ਸਕੂਲ ਬਣਾਉਣੇ ਨੇ, ਅਸੀਂ ਉਹਨਾਂ ਲਈ ਲਾਇਬ੍ਰੇਰੀਆਂ ਖੋਲ੍ਹਣੀਆਂ ਨੇ, ਅਸੀਂ ਉਹਨਾਂ ਦੇ ਖੇਡਣ ਲਈ ਮੈਦਾਨ ਬਣਾਉਣੇ ਆ ਸਾਡੇ ਪਿੰਡਾਂ 'ਚ, ਕਿਸੇ 'ਚ, ਕਿਸੇ ਸ਼ਹਿਰ 'ਚ। ਕੋਈ 400 ਮੀਟਰ ਦਾ ਟਰੈਕ ਨਹੀਂ, ਬੜੀ ਸ਼ਰਮ ਵਾਲੀ ਗੱਲ ਹੈ, 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਨੂੰ।
ਆਪਾਂ ਉਹਨਾਂ ਲਈ ਇੱਕ ਇਨਫਰਾਸਟ੍ਰਕਚਰ ਨਹੀਂ ਪ੍ਰੋਵਾਈਡ ਕਰ ਸਕਦੇ, ਫਿਰ ਕਹਿੰਦੇ ਸਾਡੇ ਬੱਚੇ ਗਲਤ ਆਦਤਾਂ ਨਾ ਪੈਣ, ਉਹ ਮਾੜੀ ਸੰਗਤ ਨਾ ਬਣ। ਜੇ ਉਹਨਾਂ ਨੂੰ ਕੋਈ ਇਨਫਰਾਸਟ੍ਰਕਚਰ, ਉਹਨਾਂ ਦੇ ਟਾਈਮ ਪਾਸ ਕਰਨ ਦਾ, ਉਹਨਾਂ ਦੀ ਸਰੀਰਕ ਤੰਦਰੁਸਤੀ ਲਈ, ਉਹਨਾਂ ਦੀ ਮਾਨਸਿਕ ਵਿਕਾਸ ਲਈ ਕੁਛ ਦੇਵਾਂਗੇ, ਤਾਂ ਹੀ ਤਾਂ ਬੱਚੇ ਸਾਡੇ ਡਿਵੈਲਪ ਕਰਨਗੇ ਨਾ। ਮਾਨਸਾ ਜੇ ਤੁਸੀਂ ਚੋਣ ਪ੍ਰਚਾਰ ਕਰਕੇ ਜਾਂਦੇ ਹੋ, ਅਲੱਗ ਅਲੱਗ ਤੁਸੀਂ ਵਿਸ਼ੇ ਲੈ ਕੇ ਜਾਂਦੇ ਹੋ ਕਿ ਆਹ ਸਮੱਸਿਆ, ਆਹ ਚੀਜ਼ ਪ੍ਰੋਵਾਈਡ ਕਰਨੀ, ਆਹ ਕਰਨੀ, ਮਾਨਸਾ ਵਾਸੀ ਜਿਹੜੇ ਨੇ ਉਹ ਕਿਹੜੀ ਚੀਜ਼ ਨੂੰ ਤੁਹਾਨੂੰ ਲੱਗਦਾ ਕਿ ਉਸ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ, ਤੁਹਾਡੇ ਨਾਲ ਜੁੜ ਰਹੇ ਨੇ? ਨਹੀਂ ਕੋਈ, ਅਸੀਂ ਇਸ ਤਰ੍ਹਾਂ ਦੀ ਪ੍ਰਭਾਵਿਤ ਕਰਨ ਦੀ ਤਾਂ ਗੱਲ ਕਰਦੇ ਹੀ ਨਹੀਂ ਕੋਈ, ਨਾ ਹੀ ਸਾਡੇ ਕੋਈ ਚੋਣ ਲਵਾਵੀ ਵਾਅਦੇ ਨੇ। ਸਾਡੇ ਤਾਂ ਅਸੀਂ ਤਾਂ ਗੱਲਾਂ ਬੇਸਿਕ ਹੈਗੀਆਂ ਜਿਹੜੀਆਂ ਸਾਨੂੰ ਲੋੜ ਹੈ, ਜਿਹੜੀਆਂ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਨੇ, ਉਹ ਗੱਲਾਂ ਅਸੀਂ ਕਰਦੇ ਹਾਂ, ਉਹੀ ਅਸੀਂ ਗੱਲਾਂ ਕਰਾਂਗੇ। ਬੇਸ਼ੱਕ ਉਹ ਬੇਸਿਕ ਐਜੂਕੇਸ਼ਨ ਦਾ ਹੋਵੇ, ਸਾਡੇ ਸਰਕਾਰੀ ਸਕੂਲ ਖਤਮ ਬੰਦ ਹੋਣ ਕਿਨਾਰੇ ਨੇ, ਸਾਡੇ ਮੈਂ ਪਹਿਲਾਂ ਹੀ ਦੱਸਿਆ ਕੋਈ ਸਕੂਲਾਂ 'ਚ ਚੰਗੀਆਂ ਲਾਇਬ੍ਰੇਰੀਆਂ ਨਹੀਂ, ਕੋਈ ਗਰਾਊਂਡ ਨਹੀਂ, ਸਾਡੇ ਸਰਕਾਰੀ ਹੋਸਪਿਟਲ ਹੈ ਉਹਨਾਂ ਦਾ ਮਾੜਾ ਹਾਲ ਹੈ, ਕਿਉਂਕਿ ਜੇ ਡਾਕਟਰ ਹੈਗੇ ਤਾਂ ਸਟਾਫ ਨਹੀਂ ਹੈ, ਜੇ ਸਟਾਫ ਹੈ ਤਾਂ ਮੈਡੀਸਨ ਨਹੀਂ ਹੈ, ਜੇ ਮੈਡੀਸਨ ਹੈ ਤਾਂ ਲੈਬੋਰਟਰੀ ਨਹੀਂ ਕੰਮ ਕਰ ਰਹੀ, ਮਤਲਬ ਜਿਹੜਾ ਪੂਰਾ ਪੈਰੀਫਰਨੇਲੀਆ ਉਹ ਪੂਰੀ ਤਰ੍ਹਾਂ ਮਿਸਮੈਨੇਜ ਹੋਇਆ ਹੋਇਆ। ਉਹਨਾਂ ਚੀਜ਼ਾਂ ਨੂੰ ਅਸੀਂ ਸਟ੍ਰੀਮਲਾਈਨ ਕਰਾਂਗੇ ਆਪਣੇ ਹਸਪਤਾਲਾਂ ਨੂੰ, ਆਪਣੇ ਸਕੂਲਾਂ ਨੂੰ, ਔਰ ਸਭ ਤੋਂ ਵੱਡੀ ਗੱਲ ਹੈ ਲੋਕਾਂ ਨੂੰ ਵਿਸ਼ਵਾਸ ਹੈ, ਔਰ ਕਰਕੇ ਦਿਖਾਵਾਂਗੇ, ਅਸੀਂ ਕਰਪਸ਼ਨ ਫਰੀ ਗਵਰਨਮੈਂਟ ਲੋਕਾਂ ਨੂੰ ਦੇਵਾਂਗੇ। ਅੱਛਾ, ਇੱਕ ਚੀਜ਼, ਤੁਸੀਂ ਡਾਕਟਰ ਹੋ, ਜਾਗਰੂਕ ਹੋ ਇਸ ਗੱਲ ਦੇ ਕਿ ਜਿਹੋ ਜਿਹੀ ਖੁਰਾਕ ਅਸੀਂ ਖਾਂਦੇ ਹਾਂ ਤਿਹੋ ਜਿਹਾ ਸਾਡੀ ਬੋਡੀ ਜਿਹੜੀ ਆ ਉਹ ਸਿਹਤਮੰਦ ਰਹਿੰਦੀ ਹੈ। ਅਗਰ ਚੰਗੀ ਖੁਰਾਕ ਖਾਂਦੇ ਹਾਂ, ਪੈਸਟੀਸਾਈਡ ਫਰੀ ਖਾਂਦੇ ਹਾਂ, ਖਾਦਾਂ ਜਿਹੜੀਆਂ ਕੀੜੇ ਮਾਰ ਦਵਾਈਆਂ ਤੋਂ ਜਿਹੜਾ ਮੁਕਤ ਜਿਹੜੀ ਖੁਰਾਕ ਹੋਊਗੀ ਤਾਂ ਸਾਡੀ ਬੋਡੀ ਲਈ ਚੰਗੀ ਹੋਏਗੀ। ਪਰ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਬਹੁਤ ਜ਼ਿਆਦਾ ਇਸ ਮਾਮਲੇ 'ਤੇ ਵਿਗੜ ਚੁੱਕਾ। ਕਿਸਾਨ ਜਥੇਬੰਦੀਆਂ ਸਿਰਫ ਜਿਹੜੇ ਉਹਨਾਂ ਦੇ ਲੀਡਰ ਨੇ ਉਹ ਸਿਰਫ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਆਹ ਸਾਨੂੰ ਚਾਹੀਦਾ, ਆਹ ਸਾਨੂੰ ਚਾਹੀਦਾ, ਕਿਸਾਨ ਮਰ ਗਿਆ, ਆਹ ਹੋ ਗਿਆ। ਲੇਕਿਨ ਜਦੋਂ ਸਰਕਾਰਾਂ ਕਰੋੜਾਂ ਰੁਪਏ ਦੇ ਬਜਟ ਲਗਾ ਕੇ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਨੇ ਕਿ ਖੇਤੀ ਵਿਭਿੰਨਤਾ ਅਪਣਾਓ, ਹੋਰ ਫਸਲਾਂ ਬੀਜੋ, ਉਹਦੇ ਵਾਸਤੇ ਜਿਹੜਾ ਕਿਸਾਨ ਲੀਡਰ ਹੀ ਤਿਆਰ ਨੇ, ਕਿਸਾਨ ਤਾਂ ਤਿਆਰ ਹੈ, ਕਿਸਾਨ ਤਾਂ ਚਾਹੁੰਦਾ ਕਿ ਮੈਨੂੰ ਦੱਸੋ ਕਿਵੇਂ ਕਰਨਾ, ਉਹਦਾ ਹੱਲ ਦਿਓ ਮੈਨੂੰ, ਕਰਕੇ ਪਲੈਨ ਕਰਕੇ ਦਿਓ। ਇਹ ਪੋਲਿਊਸ਼ਨ ਜਿਹੜਾ ਇਹਦੇ ਰਾਹੀਂ ਫੈਲਿਆ, ਇਹਦੇ ਉੱਤੇ ਲੱਗਦਾ ਤੁਹਾਨੂੰ ਕਿ ਆਮ ਆਦਮੀ ਪਾਰਟੀ ਦੀ ਕੋਈ ਨੀਤੀ ਹੈ ਇਸ ਚੀਜ਼ ਦੇ ਉੱਤੇ? ਮੈਂ, ਤੁਸੀਂ ਬੜਾ ਵਧੀਆ ਟੋਪਿਕ ਦੀ ਗੱਲ ਕੀਤੀ ਹੈ। ਮੈਂ ਹਰ ਰੋਜ਼ ਇਹ ਗੱਲ ਜਿੱਥੇ ਅਸੀਂ ਲੋਕਾਂ 'ਚ ਜਾਂਦੇ ਹਾਂ ਇਹੀ ਗੱਲ ਕਰਦੇ ਹਾਂ, ਜਿਹੜਾ ਪਰਟੀਕੁਲਰ ਗੱਲ ਹੈ, ਕਿਉਂਕਿ ਕਣਕ ਅਤੇ ਚੌਲ ਦੇ ਫਸਲੀ ਚੱਕਰ ਨੇ ਸਾਡੀਆਂ ਜ਼ਮੀਨਾਂ ਬਰਬਾਦ ਕਰਤੀਆਂ, ਸਾਡਾ ਪਾਣੀ ਡੂੰਘਾ ਚਲਾ ਗਿਆ, ਇੰਨੀ ਪੋਲਿਊਸ਼ਨ ਹੋ ਗਈ। ਕਿਉਂ ਹੋਇਆ? ਕਿਉਂਕਿ ਕੋਈ ਵਿਭਿੰਨਤਾ ਦਾ ਮਾਡਲ ਦਿੱਤਾ ਹੀ ਨਹੀਂ ਗਿਆ, ਉਹ ਸਿਰਫ ਡਰਾਇੰਗ ਰੂਮ 'ਚ ਬੈਠ ਕੇ ਪੋਲਸੀਆਂ ਹੀ ਬਣੀਆਂ ਨੇ, ਉਹਨੂੰ ਪ੍ਰੈਕਟੀਕਲੀ ਐਪਲੀਕੇਬਲ ਜਿੱਥੇ ਲੋਕਾਂ ਨੇ, ਕਿਸਾਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦਾ ਮੰਡੀਕਰਨ ਨਹੀਂ ਕੀਤਾ ਗਿਆ। ਮੈਂ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਤਲਵੰਡੀ ਸਾਬੋ 'ਚ, ਏਸ਼ੀਆ ਦੀ ਸਭ ਤੋਂ ਵੱਡੇ ਅੰਗੂਰਾਂ ਦੀ ਇਹ ਫਸਲ ਹੁੰਦੀ ਸੀ ਜੀ ਕੁਛ ਸਾਲ ਪਹਿਲਾਂ, ਪਰ ਨਾ ਤਾਂ ਕੋਈ ਜੂਸ ਫੈਕਟਰੀ ਲਾਈ ਗਈ, ਨਾ ਕੋਈ ਵਾਈਨ ਫੈਕਟਰੀ ਲਾਈ ਗਈ, ਅਲਟੀਮੇਟਲੀ ਉਹਦਾ ਪਰਚੇਜ਼ਰ ਨਹੀਂ ਰਿਹਾ ਕੋਈ ਅੰਗੂਰ ਦਾ, ਕਿਸਾਨਾਂ ਨੇ ਹੌਲੀ ਹੌਲੀ ਆਪਣੇ ਬਾਗ ਪੱਟ ਦਿੱਤੇ। ਮਟਰ ਬੀਜਦਾ ਇੱਥੇ ਰਾਮਪੁਰਾ ਏਰੀਏ 'ਚ, ਹਰੀ ਸ਼ਿਮਲਾ ਮਿਰਚ, ਹਰੀ ਮਿਰਚ ਸਾਡੇ ਮਾਨਸਾ ਏਰੀਏ 'ਚ ਬੀਜਦੀ, ਲੇਕਿਨ ਉਹਦਾ ਕੋਈ ਮੰਡੀਕਰਨ ਨਹੀਂ। ਆਲੂ ਬੀਜਦਾ, ਉਹਦਾ ਕੋਈ ਮੰਡੀਕਰਨ ਨਹੀਂ। ਜਦੋਂ ਮੰਡੀਕਰਨ ਨਹੀਂ ਹੋਊਗਾ ਵਿਭਿੰਨਤਾ ਦੀ, ਸਰਕਾਰ ਕਿੱਥੇ ਗੱਲਾਂ ਕਰਦੀ ਹੈ? ਤਾਂ ਖਰੀਦੇ ਕੋਈ ਮਿਨੀਮਮ ਸਪੋਰਟ ਪ੍ਰਾਈਸ ਸਟੇਟ ਆਪਣੇ ਲੈਵਲ 'ਤੇ ਦੇ ਦੇ, ਸਟੇਟ ਗਵਰਨਮੈਂਟ ਦੇ ਦੇ, ਉਹਨਾਂ ਨੂੰ ਕੋਈ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਦੇ ਜਿੱਥੇ ਉਹ ਕੋਲਡ ਸਟੋਰ 'ਚ ਕੋਈ ਕੋਆਪਰੇਟਿਵ ਸਿਸਟਮ ਨੂੰ ਡਿਵੈਲਪ ਕਰੇ। ਵਿਭਿੰਨਤਾ ਖੇਤੀ, ਸਰ ਮੈਨੂੰ ਇਹ ਦੱਸੋ, PAU ਦੇ ਸਾਇੰਟਿਸਟ ਇੰਨੇ ਨੇ, ਐਗਰੀਕਲਚਰ ਐਡਾ ਵੱਡਾ ਡਿਪਾਰਟਮੈਂਟ ਹੈ, ਕਿੰਨੇ ਕੁ ਇਹ ਡਿਪਾਰਟਮੈਂਟ ਦੇ ਲੋਕਾਂ ਨੂੰ ਕਿਹਾ ਜਾਂਦਾ ਕਿ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰੋ ਵੀ ਤੁਸੀਂ ਐਂ ਫਸਲ ਆਹ ਬੀਜਣੀ ਹੈ, ਇੰਨਾ ਪਾਣੀ ਪਾਉਣਾ, ਇੰਨਾ ਸਪਰੇਅ ਲਾਉਣੀ ਹੈ, ਇੰਨਾ ਰੇਹ ਲਾਉਣਾ? ਉਹ ਕੁਛ ਉਸ ਤਰ੍ਹਾਂ ਦਾ ਪ੍ਰੈਕਟੀਕਲ ਅਪਰੋਚ ਹੈ ਹੀ ਨਹੀਂ, ਕੋਈ ਚਾਹੁੰਦੇ ਹੀ ਨਹੀਂ, ਗੌਰਮੈਂਟਸ ਚਾਹੁੰਦੀਆਂ ਨਹੀਂ। ਖੇਤੀ ਯੂਨੀਵਰਸਿਟੀ ਦੀ ਆਪਾਂ ਗੱਲ ਕੀਤੀ, ਖੇਤੀ ਯੂਨੀਵਰਸਿਟੀ ਵੀ ਬਹੁਤ ਸਾਰਾ ਲਿਟਰੇਚਰ ਛਾਪਦੀ ਆ ਔਰ ਮੇਲੇ ਲਗਾਉਂਦੀ ਆ, ਉਹਨਾਂ ਨੂੰ ਸਮਝਾਉਂਦੀ ਆ, ਔਰ ਲੇਕਿਨ ਅੱਗੇ ਕਿਸਾਨ ਦਾ ਇਹ ਕਹਿਣਾ ਹੁੰਦਾ, ਜਿਹੜੇ ਕਿਸਾਨ ਲੀਡਰ ਨੇ ਖਾਸ ਤੌਰ 'ਤੇ ਉਹ ਗੱਲ ਕਹਿ ਦਿੰਦੇ ਵੀ ਦੇਖੋ ਜੀ, ਸਰਕਾਰਾਂ ਨੇ ਖਾਦਾਂ ਸਾਨੂੰ ਦੇ ਦਿੱਤੀਆਂ, ਕੀੜੇ ਮਾਰ ਦਵਾਈਆਂ ਦੇ ਦਿੱਤੀਆਂ, ਪਰ ਉਹਦੇ 'ਤੇ ਕੰਟਰੋਲ ਕੋਈ ਨਹੀਂ। ਜਿਹੜੇ ਡਿਸਟ੍ਰੀਬਿਊਟਰ ਨੇ ਉਹਨਾਂ ਨੂੰ ਟਾਰਗੇਟ ਦਿੱਤੇ ਹੋਏ ਆ, ਉਹਨਾਂ ਨੂੰ ਵਿਦੇਸ਼ੀ ਟੂਰ ਮਿਲੇ ਸਿਰ ਕਿ ਉਹ ਜਾਲੀ ਪਾਉਂਦੇ, ਅਤੇ ਕਿਸਾਨ ਵੀ ਜਿਹੜਾ ਅੱਗੇ ਆਪਣੇ ਲੇਬਰ ਨੂੰ ਕਹਿੰਦਾ, ਪ੍ਰਵਾਸੀ ਮਜ਼ਦੂਰ ਨੂੰ ਕਹਿੰਦਾ ਵੀ ਜੇ ਕਿਲੋ ਰਿਕਮੈਂਡਡ ਹੈ ਚੀਜ਼, ਉਹ 2 ਕਿਲੋ ਜਿਹੜਾ ਡਿਸਟ੍ਰੀਬਿਊਟਰ ਪਾਉਂਦਾ, ਉਹ 2 ਕਿਲੋ ਉਹ ਕਹਿੰਦਾ, ਅਤੇ ਅੱਗੇ ਕਹਿੰਦੇ 4 ਕਿਲੋ ਜਿਹੜਾ ਕਿਸਾਨ ਪਹੁੰਚਦਾ, 4 ਕਿਲੋ ਦੇ ਉੱਤੇ 6 ਕਿਲੋ ਜਿਹੜਾ ਕਿਸਾਨ ਚੀਜ਼ ਉਹ ਜੀ ਪਾਉਂਦਾ, ਕਹਿੰਦੇ ਉਹਦੇ ਨਾਲ ਜਿਹੜਾ ਉਹਦਾ ਘਾਤਕ ਅਸਰ ਜਿਹੜੇ ਸਾਹਮਣੇ ਆਉਂਦੇ ਨੇ। ਪ੍ਰਚਾਰ ਤਾਂ ਹੋ ਰਿਹਾ, ਪਰ ਉਹਦੇ ਉੱਤੇ ਕਿਸਾਨ ਹਾਲੇ ਤੱਕ ਵਿਸ਼ਵਾਸ ਨਹੀਂ ਕਰ ਪਾਇਆ ਕਿ ਮੈਂ ਜੇ ਘੱਟ ਪੈਸਟੀਸਾਈਡ ਪਾਊਂਗਾ ਤਾਂ ਵੀ ਮੇਰੀ ਫਸਲ ਜਿਹੜੀ ਹੈ ਅੱਛੀ ਹੋ ਸਕਦੀ ਹੈ। ਕਾਰਨ ਉੱਥੇ ਆ ਜਾਂਦਾ ਕਿ ਕੁਆਲਿਟੀ ਚੈੱਕ ਕਰਨ ਦਾ ਕੋਈ ਵਸੀਲਾ ਹਾਲੇ ਤੱਕ ਨਹੀਂ ਬਣਿਆ। ਤੁਹਾਨੂੰ ਕਣਕ ਦੀ ਮੈਂ ਮਿਸਾਲ ਦਿੰਦਾ, ਕਣਕ ਦਾ ਆਟਾ 24 ਰੁਪਏ ਕਿਲੋ, ਪੰਜਾਬ ਦੀ ਕਣਕ ਦਾ ਆਟਾ, ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ ਸਾਡੇ ਸ਼ਹਿਰਾਂ ਜਾ ਕੇ 38 ਰੁਪਏ ਕਿਲੋ ਵਿਕ ਜਾਂਦਾ। ਇੱਕ ਭਰੋਸਾ ਹੈ ਲੋਕਾਂ ਨੂੰ ਕਿ ਇਹਦੇ 'ਚ ਖਾਦ ਘੱਟ ਪਈ ਹੋਈ ਪੰਜਾਬ ਦੇ ਵਿੱਚ, ਇਸ ਗੱਲ ਦਾ ਹੈਗਾ ਖਾਦ ਯੂਰੀਆ ਖਾਸ ਤੌਰ 'ਤੇ ਜ਼ਿਆਦਾ ਆ,
ਉਹ ਪਿਆ ਜਾਂਦਾ। ਤੁਸੀਂ ਕਿਵੇਂ ਦੇਖਦੇ ਹੋ ਕਿ ਜੇ ਕੁਆਲਿਟੀ ਚੈੱਕ ਹੀ ਨਹੀਂ ਹੈ ਤਾਂ ਐਮ ਐਸ ਪੀ ਜਿਹੜੀ ਹੈ ਕਿਵੇਂ ਦਿੱਤੀ ਜਾ ਸਕਦੀ? ਨਹੀਂ, ਮੈਂ ਕਿਸੇ ਇੱਕ ਫਸਲ ਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰਦਾ ਖੇਤੀ ਵਿਭਿੰਨਤਾ ਦੀ ਗੱਲ। ਕਿਉਂਕਿ ਹਰੀ ਕ੍ਰਾਂਤੀ ਦੇ ਨਾਂ ਨੂੰ ਸਾਡੀਆਂ ਜ਼ਮੀਨਾਂ ਨਸ਼ਈ ਹੋ ਗਈਆਂ, ਉਹਨਾਂ 'ਚ ਅੰਨੇਵਾਹ ਰੇਹਾਂ ਸਪਰੇਹਾਂ ਮਤਲਬ ਖਾਦਾਂ ਪਾਈਆਂ ਜਾ ਰਹੀਆਂ। ਉਹ ਇਸ ਕਰਕੇ ਨਹੀਂ ਕਿ ਮਤਲਬ ਕਿਸਾਨ ਇਹ ਚਾਹੁੰਦੇ ਹੀ ਹੈ, ਪਰ ਉਹਨੂੰ ਕੋਈ ਅਲਟਰਨੇਟਿਵ ਦਿਓ ਨਾ, ਉਹਨੂੰ ਗਾਈਡ ਤਾਂ ਕਰੋ। ਜੇ ਇੱਕ ਛੋਟਾ ਕਿਸਾਨ ਹੈ, ਕਿਸੇ ਕੋਲ 2 ਕਿੱਲੇ 4 ਕਿੱਲੇ 5 ਕਿੱਲੇ ਆ, ਉਹ ਹੋਰ ਕੀ ਕਰੂਗਾ? ਜੇ ਉਹਨੂੰ ਤੁਸੀਂ ਗਾਈਡੈਂਸ ਦਿਓਗੇ ਪ੍ਰੋਪਰ, ਜਿਹੜਾ ਹੁਣ ਪੀ ਏ ਯੂ 'ਚ ਤੁਸੀਂ ਕਹਿੰਦੇ ਹੋ ਮੇਲੇ ਲੱਗਦੇ ਆ, ਲਿਟਰੇਚਰ ਲੱਗਦਾ, ਉਹਨਾਂ ਦੀ ਅਸੈਸੀਬਿਲਟੀ ਕਿੰਨੇ ਕੁ ਲੋਕਾਂ ਨੂੰ ਹੈ? ਕਿ ਮਤਲਬ ਹਾਰਡਲੀ 2% ਕਿਸਾਨ ਨਹੀਂ ਜਾ ਸਕਦੇ ਹੁੰਦੇ ਉੱਥੇ, ਅਤੇ ਇਸ ਲਈ ਉਹ ਤਾਂ ਸਾਨੂੰ ਪਿੰਡ ਲੈਵਲ 'ਤੇ, ਸਾਨੂੰ ਬਲੋਕ ਲੈਵਲ 'ਤੇ ਉਹ ਅਵੇਅਰਨੈਸ ਦੇਣੀ ਪਊ। ਔਰ ਜਿਹੜੀਆਂ ਉਹ ਫਸਲਾਂ ਲਾਉਂਦੇ ਆ, ਸਬਜ਼ੀਆਂ ਲਾਉਂਦੇ ਆ, ਉਹਨਾਂ ਦਾ ਕੁਛ ਨਾ ਕੁਛ ਮੰਡੀ ਕਰਨ, ਭਾਵੇਂ ਤੁਸੀਂ ਓਪਨ ਮਾਰਕੀਟ ਦਿਓ, ਕੁਛ ਨਾ ਕੁਛ ਉਹਨੂੰ ਸਪੇਸ ਤਾਂ ਦਿਓ ਨਾ। ਮੰਡੀ ਕਰਨ ਦੇ ਨਾਲ ਨਾਲ ਇੱਕ ਨਿਗਰਾਨ ਤੰਤਰ ਵੀ ਮੌਜੂਦ ਕਰਨ ਦੀ ਜ਼ਰੂਰਤ ਮਹਿਸੂਸ ਕਰ। ਪਰ ਕੀ ਹੈ, ਜੇ ਆਪਾਂ ਅਵੇਅਰ ਕਰਾਂਗੇ, ਦੇਖੋ ਇਹ ਚੀਜ਼ ਇਸ ਤਰ੍ਹਾਂ ਦੀ ਹੈ, ਅਵੇਅਰਨੈਸ ਕਰਾਂਗੇ ਕਿ ਇਹਦਾ ਸਾਨੂੰ ਐਂ ਨੁਕਸਾਨ ਹੁੰਦਾ, ਜਿਸ ਤਰ੍ਹਾਂ ਨਾਲ ਆਪਾਂ ਖਾਦਾਂ ਪਾ ਰਹੇ ਹਾਂ, ਸਪਰੇਹਾਂ ਪਾ ਰਹੇ ਹਾਂ, ਸਾਡੀਆਂ ਫਸਲਾਂ ਆਉਣ ਵਾਲੇ ਸਾਲਾਂ 'ਚ ਸਾਡਾ ਅਸੀਂ ਬੰਜਰ ਹੋ ਜਾਵਾਂਗੇ, ਪਰ ਧਰਤੀ ਵਾਲਾ ਪਾਣੀ ਹੇਠਾਂ ਜਾ ਰਿਹਾ। ਦੇਖੋ ਲੋਕਾਂ ਨੂੰ ਇੱਕ ਸਮਝਾਉਣਾ ਹੁੰਦਾ, ਉਹਦਾ ਪ੍ਰੈਕਟੀਕਲ ਅਪਰੋਚ ਹੋਣੀ ਚਾਹੀਦੀ ਹੈ, ਕੋਈ ਜ਼ਬਰਦਸਤੀ ਜਾਂ ਇਸ ਤਰ੍ਹਾਂ ਨਾਲ ਵੀ ਕੋਈ ਫਾਈਨ ਲਾ ਕੇ ਉਹ ਨਹੀਂ ਹੋਣਾ, ਉਹ ਹੁੰਦਾ ਨਹੀਂ ਹੁੰਦਾ ਇਸ ਤਰੀਕੇ 'ਚ, ਆਪਾਂ ਧੱਕਾ ਨਹੀਂ ਕਰ ਸਕਦੇ। ਹਾਂ, ਸਮਝਾ ਸਕਦੇ ਹਾਂ, ਮੈਨੂੰ ਪਤਾ ਸਾਡਾ ਕਿਸਾਨ ਬੜਾ ਸਮਝਦਾਰ ਹੈ, ਉਹ ਐਜੂਕੇਟਡ ਵੀ ਹੈ, ਬੱਚੇ ਬੜੇ ਪੜ੍ਹੇ ਲਿਖੇ ਨੇ, ਔਰ ਉਹ ਸਮਝਣਗੇ। ਪਰ ਇਸ਼ੂ ਤਾਂ ਉੱਥੇ ਹੀ ਆ ਜਾਂਦਾ ਹੈ ਕਿ ਬਹੁਤ ਸਾਰੇ ਥਾਵਾਂ 'ਤੇ ਅਸੀਂ ਦੇਖੇ ਕਿਸਾਨ ਹੋਰ ਫਸਲਾਂ ਬੀਜਣੀਆਂ, ਜਦੋਂ ਮੱਕੀ ਲਾ ਲਓ, ਐਮ ਐਸ ਪੀ ਦਾ ਪ੍ਰਾਈਜ਼ ਕਿੱਥੇ ਮਿਲਦਾ, ਗੰਨਾ ਕੁਛ ਵੀ ਮਿਲਦਾ ਨਹੀਂ। ਮਤਲਬ ਜੇ ਆਪਾਂ ਫਸਲਾਂ ਦੂਸਰਿਆਂ ਦਾ ਦੇਖੀਏ, ਉਹਨਾਂ ਦਾ ਕੁਛ ਐਮ ਐਸ ਪੀ ਜਿਨ੍ਹਾਂ 'ਤੇ ਹੈ ਉਹਨਾਂ 'ਤੇ ਵੀ ਨਹੀਂ ਮਿਲਦਾ, ਪਰ ਮੰਡੀਕਰਨ ਸਭ ਤੋਂ ਵੱਡੀ ਸਮੱਸਿਆ ਹੈ। ਮਤਲਬ ਜੋ ਕਾਨੂੰਨ ਜਿਸ ਤਰ੍ਹਾਂ ਬਣਾਏ ਗਏ ਸੀਗੇ ਉਹਦੇ ਵਿੱਚ ਕਿਤੇ ਨਾ ਕਿਤੇ ਮੰਡੀਕਰਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ, ਸਵੀਕਾਰ ਕਰਨ ਦੇ ਕਾਬਲ ਹੈਗੀ ਪਿੰਡਾਂ? ਪੰਜਾਬ ਦੀ ਮਾਨਸਿਕਤਾ ਇੱਕ ਅਜਿਹੀ ਮਾਨਸਿਕਤਾ ਹੈ ਜਿਹੜੇ ਹਰ ਇੱਕ ਚੀਜ਼ ਜੋ ਸਾਡੇ ਭਲੇ ਲਈ ਹੁੰਦੀ ਹੈ, ਜੋ ਸਾਡੇ ਸਿਸਟਮ ਨੂੰ ਵਧੀਆ ਕਰਨ ਲਈ ਹੁੰਦੀ ਹੈ। ਸਾਡੇ ਕ੍ਰਾਂਤੀਕਾਰੀ ਲੋਕ ਨੇ, ਇਹਨਾਂ ਨੇ ਬਹੁਤ ਪੁਰਾਣਾ, ਭਾਵੇਂ ਉਹ ਮੁਗਲ ਹੋਣ ਭਾਵੇਂ ਅੰਗਰੇਜ਼ ਹੋਣ, ਉਹਨਾਂ ਦੇ ਤਸੀਹਿਆਂ ਨੂੰ ਵੀ ਚੱਲਿਆ ਔਰ ਉਹਨਾਂ ਨੂੰ ਬਾਖੂਬੀ ਇੱਥੋਂ ਭਜਾਇਆ। ਇਸ ਲਈ ਸਾਡੇ ਬੜੇ ਯੋਧੇ ਲੋਕ ਨੇ, ਉਹ ਲੜਾਈ ਲੜਨ ਜਾਣਦੇ ਆ, ਕਿਸਾਨੀ ਅੰਦੋਲਨ 'ਚ ਸਾਫ਼ ਹੋ ਗਿਆ। ਇਸ ਲਈ ਐਸੀ ਕੋਈ ਗੱਲ ਨਹੀਂ, ਸਾਡੇ ਲੋਕ ਹਰ ਇੱਕ ਚੀਜ਼ ਸਮਝਦੇ ਨੇ, ਉਹਨਾਂ ਨੂੰ ਸਮਝ ਹੈ, ਅਤੇ ਉਹ ਉਸ ਸਮਝ ਨਾਲ ਜ਼ਰੂਰ ਇਸ ਗੱਲ ਨੂੰ ਅੱਗੇ ਲੈ ਕੇ ਜਾਓਗੇ, ਆਪਣੀਆਂ ਫਸਲਾਂ ਨੂੰ ਜ਼ਮੀਨਾਂ ਨੂੰ ਬਚਾਉਣ ਲਈ ਜੇ ਵਿਭਿੰਨਤਾ ਕੋਈ ਸਰਕਾਰ ਦੇਊਗੀ ਉਹ 'ਤੇ ਅਮਲ ਕਰਨਗੇ। ਗੱਲ ਕਰਾਂਗੇ ਆਪਾਂ ਡਾਕਟਰੋਂ, ਤੁਸੀਂ ਸਿਹਤ ਨਾਲ ਜੁੜਿਆ ਤੁਹਾਡਾ ਕੰਮ ਹੈ, ਤੋ ਸਿਹਤ ਦੀ ਗੱਲ ਕਰਾਂਗੇ ਤਾਂ ਕੈਂਸਰ ਪੱਟੀ ਹੈ ਬਠਿੰਡਾ ਮਾਨਸਾ ਨੂੰ, ਕੈਂਸਰ ਪੱਟੀ ਦੇ, ਤੁਹਾਨੂੰ ਕੀ ਲੱਗਦਾ ਕਿ ਇਸ ਪੱਟੀ ਦਾ ਕੈਂਸਰ ਪੱਟੀ ਬਣ ਜਾਣ ਪਿੱਛੇ ਮੁੱਢਲਾ ਕੀ ਕਾਰਨ ਨਜ਼ਰ ਆਉਂਦਾ ਤੁਹਾਨੂੰ? ਦੇਖੋ, ਇਸ ਚੀਜ਼ 'ਤੇ ਤਾਂ ਰਿਸਰਚ ਕਰਨੀ ਪਊਗੀ, ਜਾਂ ਬਹੁਤ ਜਥੇਬੰਦੀਆਂ ਆਪਣੇ ਔਰਗਨਾਈਜੇਸ਼ਨਸ ਕਰ ਵੀ ਰਹੀਆਂ। ਉਹਦਾ ਬੇਸਿਕ ਰੀਜ਼ਨ ਤਾਂ ਹੁਣ ਤੱਕ ਇਹੀ ਆਇਆ ਕਿ ਜ਼ਿਆਦਾ ਪੈਸਟੀਸਾਈਡ ਦੀ ਵਰਤੋਂ ਹੋਣ ਕਰਕੇ ਇਹ ਚੀਜ਼ ਆਈ ਹੈ, ਪਰ ਪੂਰਾ ਇਹ ਕੋਈ ਪੂਰਾ ਔਥੈਂਟਿਕ ਨਹੀਂ ਹੈ। ਪਰ ਫਿਰ ਉਹ ਚੀਜ਼ 'ਤੇ ਆਪਾਂ ਸਾਡੇ ਕਿਸਾਨ ਨੂੰ, ਸਾਡੇ ਵਪਾਰੀ ਨੂੰ, ਮਜ਼ਦੂਰ ਨੂੰ ਸਮਝਾਵਾਂਗੇ। ਮੈਨੂੰ ਲੱਗਦਾ ਕਿ ਅਜਿਹੀ ਕੋਈ ਗੱਲ ਨਹੀਂ ਕਿ ਉਹ ਨਾ ਸਮਝੇ, ਇਸ਼ੂ ਉੱਥੇ ਹੀ ਆ ਜਾਂਦਾ ਕਿ ਜਿਹੜੀਆਂ ਫਸਲਾਂ ਦਾ ਮੰਡੀ ਕਰਨਾ ਨਾ, ਉਹ ਵਾਰ ਵਾਰ ਉਹਨਾਂ 'ਤੇ ਉਵੇਂ ਅੱਗਦੀ ਪੈ ਗਈਆਂ, ਉਹ ਨਸ਼ਈ ਹੋ ਗਈਆਂ। ਮਤਲਬ ਇੱਕ ਫਸਲਾਂ ਜ਼ਮੀਨ ਨਸ਼ੇੜੀ ਹੋ ਗਈ, ਇੱਕੋ ਹੀ ਫਸਲ ਬੀਜੀ ਗਈ ਵਾਰ ਵਾਰ, ਦੂਜਾ ਨਾਲ ਦੀ ਨਾਲ ਕਿਸਾਨ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਮਾਰਕੀਟਿੰਗ ਵਿੱਚ ਵਿਸ਼ਵਾਸ ਕਰਨ ਦੀ ਥਾਂ 'ਤੇ ਸਿਰਫ ਉਗਾ ਕੇ ਚੀਜ਼ ਸੁੱਟਣ ਦੀ ਜਿਹੜੀ ਥੋੜ੍ਹਾ ਈਜੀ ਅਪਰੋਚ ਹੁੰਦਾ ਨਾ, ਜਿਹੜੀ ਚੀਜ਼ ਵੀ ਸੌਖੀ ਹੋ ਜਾਂਦੀ ਹੈ ਬੰਦੇ ਨੂੰ, ਮਤਲਬ ਇਹ ਲੱਗਦਾ ਕੰਫਰਟੇਬਲ ਜ਼ੋਨ ਬਣ ਜਾਂਦਾ, ਇੱਕੋ ਕੰਫਰਟੇਬਲ ਜ਼ੋਨ 'ਚ ਹੈਗੇ। ਕਿਸਾਨ ਵਰਗ ਨੂੰ ਕੀ ਸੁਜੈਸਟ ਕਰੋਗੇ, ਕੰਫਰਟ ਜ਼ੋਨ ਤੋਂ ਥੋੜ੍ਹਾ ਬਾਹਰ ਆਵੇ? ਬਿਲਕੁਲ, ਕੰਫਰਟੇਬਲ ਜ਼ੋਨ ਤੋਂ ਬਾਹਰ ਆਉਣਾ ਪਊਗਾ, ਖੇਤੀ ਵਿਭਿੰਨਤਾ ਨੂੰ ਅਪਣਾਉਣਾ ਪਊਗਾ, ਸਹਾਇਕ ਖੇਤੀ ਦੇ ਧੰਦੇ ਅਪਣਾਉਣੇ ਪੈਣਗੇ, ਤਾਂ ਹੀ ਜਿਹੜੀ ਖੇਤੀ ਹੈ, ਤਾਂ ਹੀ ਜਿਹੜਾ ਐਗਰੀਕਲਚਰ ਹੈ, ਇਹ ਪ੍ਰੋਫਿਟੇਬਲ ਬਿਜ਼ਨਸ ਹੀ ਕਹੂੰਗਾ ਮੈਂ, ਫਿਰ ਪ੍ਰੋਫਿਟੇਬਲ ਬਿਜ਼ਨਸ ਬਣੂੰਗਾ, ਨਹੀਂ ਤਾਂ ਬਹੁਤ ਮਾੜਾ ਹਾਲ ਹੈ। ਮਤਲਬ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਕਰਜ਼ੇ ਦੀ ਮਾਰ ਹੇਠ ਆ ਰਹੇ ਆ, ਸਾਨੂੰ ਕਿਸਾਨ ਨੂੰ ਉਹਦੇ ਉੱਚੋਂ ਬਾਹਰ ਕੱਢਣਾ ਪਊਗਾ ਜੀ। ਬਿਲਕੁਲ ਜੀ, ਇਹ ਸੀ ਡਾਕਟਰ ਵਿਜੇ ਸਿੰਗਲਾ, ਜਿਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਿਸਾਨ ਵਰਗ ਨੂੰ ਵੀ ਸਾਥ ਦੇਣਾ ਪਵੇਗਾ, ਡਾਈਵਰਸੀਫਿਕੇਸ਼ਨ ਨੂੰ ਅਪਣਾਉਣਾ ਪਏਗਾ, ਸਾਨੂੰ ਸਭ ਨੂੰ ਇਸ ਚੀਜ਼ ਨੂੰ ਸਮਝਣਾ ਪਏਗਾ, ਸਾਥ ਦੇਣਾ ਪਏਗਾ। ਔਰ ਉਮੀਦ ਕਰਾਂਗੇ ਕਿ ਇਹੋ ਜਿਹੇ ਜਾਗਰੂਕ ਲੋਕ ਅਗਰ ਚੁਣ ਕੇ ਸਾਹਮਣੇ ਆਉਂਦੇ ਨੇ ਤਾਂ ਉਹ ਜ਼ਰੂਰ ਹੀ ਪ੍ਰਦੂਸ਼ਣ ਦੇ ਮਾਮਲੇ 'ਤੇ, ਲੋਕਾਂ ਦੀ ਸਿਹਤ ਦੇ ਮਾਮਲੇ ਉੱਤੇ ਕੋਈ ਨਾ ਕੋਈ ਨੀਤੀਆਂ ਬਣਾਉਣ ਵਿੱਚ ਜਿਹੜੇ ਆ ਸਰਕਾਰਾਂ ਦਾ ਜ਼ਰੂਰ ਸਹਿਯੋਗ ਕਰਨਗੇ।
और इस उम्मीद के नाल मिलते हैं अगली कड़ी च अगले विषय में लैके अगले कैंडीडेट।